ATM ਡੈਬਿਟ ਕਾਰਡ ਰਾਹੀਂ ਪੈਸੇ ਕਢਵਾਉਣ ਦਾ ਤਰੀਕਾ। ਪੈਸੇ ਕਢਵਾਉਣ ਲਈ ਸਭ ਤੋਂ ਨੇੜਲੇ ATM ਬੂਥ ਤੇ ਪਹੁੰਚੋ। ਮਿਥੀ ਹੋਈ ਥਾਂ ਤੇ ਆਪਣਾ ਡੈਬਿਟ ਕਾਰਡ ਸਵਾਈਪ ਕਰੋ। ਹੁਣ ਬੈਂਕਿੰਗ ਵਾਲੀ ਆਪਸ਼ਨ ਚੁਣੋ। ਆਪਣੇ ਵੱਲੋਂ ਵਰਤੀ ਜਾਣ ਵਾਲੀ ਭਾਸ਼ਾ ਦੀ ਚੋਣ ਕਰੋ। ਕਿਰਪਾ ਕਰਕੇ ਕੋਈ ਵੀ 2 ਅੰਕ ਦਰਜ ਕਰੋ। ਹੁਣ 4 ਅੰਕਾਂ ਵਾਲਾ ਆਪਣਾ ਪਿੰਨ ਦਾਖਲ ਕਰੋ। ਨਕਦੀ ਕਢਵਾਉਣ ਵਾਲੀ ਆਪਸ਼ਨ ਚੁਣੋ। ਆਪਣੇ ਵੱਲੋਂ ਕਢਵਾਈ ਜਾਣ ਵਾਲੀ ਰਕਮ ਦਰਜ ਕਰੋ। ਸਕਰੀਨ ਉੱਤੇ ਦਰਸਾਈਆਂ ਹਿਦਾਇਤਾਂ ਮੰਨੋ। ਮਿੱਥੀ ਜਗ੍ਹਾ ਤੋਂ ਨਿਕਲਦੇ ਪੈਸੇ ਨੂੰ ਤੁਰਤ ਲੈ ਲਓ। ਪ੍ਰਾਪਤ ਹੋਈ ਰਕਮ ਗਿਣ ਲਓ। ਰਸੀਦ ਲੈ ਕੇ ਰੱਖ ਲਓ ਜਾਂ ਉਸ ਨੂੰ ਪਾੜ ਕੇ ਕੂੜਾਦਾਨ 'ਚ ਸੁੱਟ ਦਿਓ।